बच्चों आज असी जमात दूजी विषय गणित पन्ना नंबर 84 करांगे। आज असी सिखांगे तीन तीन दे समूह बनाउणा, समूहां नूं वार दे रूप विच लिखणा अते वार नूं गुणा दे रूप विच लिखणा। तां आओ बच्चों शुरू करदे हां। प्यारे बच्चों आ देखो मेरे कोल किन्ने सोहणे छोटे छोटे पत्थर हन। आओ इन्हां पत्थरां दे नाल असी तीन तीन दे समूह बनाउणे अते उन्हां नूं लिखना सिखदे हां। बच्चों की तुसीं मैनूं दस सकदे हो इह किन्ने पत्थर हन? हाँ जी इह साडे कोल हन तीन पत्थर। तां बच्चों इह साडे कोल तीन पत्थरां दा इक समूह बन गया है। बच्चों आओ देखिए इसनूं असीं वार दे रूप विच किवें लिख सकदे हां। इसनूं बच्चों असीं लिखांगे इक वार तीन। वार नूं बच्चों असीं की लिखदे हां? वार नूं असीं गुणा लिखदे हां। तां इसनूं असीं किस तरह लिखांगे? एक गुना तीन। अते एक गुना तीन बराबर है बच्चों तीन दे। बच्चों एक समूह असी होर बना लेंदे हां तां साडे कोल बच्चों किन्ने समूह हो गए हन? हां जी साडे कोल दो समूह हो गए हन। पहले समूह विच साडे कोल तीन पत्थर सन, दूजे समूह विच भी हन तीन पत्थर। तां साडे कोल किन्ने पत्थर हो गए? हां जी साडे कोल हो गए हन 6 पत्थर। इसनूं असीं वार दे रूप विच किस तरह लिखांगे? इसनूं लिखांगे दो वार तीन। वार नूं असीं गुणा लिखदे हां तां असीं लिखांगे दो गुणा तीन। अते दो गुणा तीन प्यारे बच्चों बराबर है 6 दे। एक समूह प्यारे बच्चों असीं होर बना लिया तां साडे कोल तीन तीन दे तीन समूह बन गए। पहला बच्चों साडे कोल सन 6 पत्थर, तीन पत्थर असी होर रखे तां बच्चों साडे कोल किन्ने पत्थर हो गए? हां जी साडे कोल हो गए 9 पत्थर। इस नूं प्यारे बच्चों असी वार दे रूप विच किवें लिखांगे? तीन वार तीन। वार नूं असी गुणा लिखदे हां तां इस नूं लिखांगे तीन गुणा तीन। अते तीन गुणा तीन प्यारे बच्चों बराबर है 9 दे। बच्चों एक समूह असी होर बना लैंदे हां ਤਾਂ ਸਾਡੇ ਕੋਲ ਤਿੰਨ ਤਿੰਨ ਦੇ 4 ਸਮੂਹ ਬਣ ਗਏ ਹਨ। ਬੱਚੋ ਪਹਿਲਾਂ ਸਾਡੇ ਕੋਲ ਸਨ 9 ਪੱਥਰ, ਤਿੰਨ ਪੱਥਰ ਅਸੀਂ ਹੋਰ ਰੱਖ ਲਏ ਤਾਂ ਸਾਡੇ ਕੋਲ ਕਿੰਨੇ ਪੱਥਰ ਹੋ ਗਏ? ਹਾਂਜੀ ਸਾਡੇ ਕੋਲ ਹੋ ਗਏ 12 ਪੱਥਰ। ਬੱਚੋ ਹੁਣ ਸਾਡੇ ਕੋਲ 4 ਵਾਰ 3 ਹੈ ਤਾਂ ਇਸ ਨੂੰ ਅਸੀਂ ਲਿਖਾਂਗੇ 4 ਵਾਰ 3। ਅਤੇ 4 ਵਾਰ 3 ਨੂੰ ਅਸੀਂ ਲਿਖਦੇ ਹਾਂ 4 ਗੁਣਾ 3। 4 ਗੁਣਾ 3 ਪਿਆਰੇ ਬੱਚੋ ਬਰਾਬਰ ਹੈ 12 ਦੇ। ਇੱਕ ਸਮੂਹ ਅਸੀਂ ਹੋਰ ਬਣਾ ਲਿਆ ਤਾਂ ਸਾਡੇ ਕੋਲ ਤਿੰਨ ਤਿੰਨ ਦੇ 5 ਸਮੂਹ ਬਣ ਗਏ ਹਨ। ਪਹਿਲਾਂ ਸਾਡੇ ਕੋਲ ਸਨ 12 ਪੱਥਰ, ਹੁਣ ਸਾਡੇ ਕੋਲ ਕਿੰਨੇ ਪੱਥਰ ਹੋ ਗਏ? ਹਾਂਜੀ ਹੁਣ ਸਾਡੇ ਕੋਲ ਹੋ ਗਏ ਹਨ 15 ਪੱਥਰ। ਬੱਚੋ ਇਸ ਨੂੰ ਅਸੀਂ ਵਾਰ ਦੇ ਰੂਪ ਵਿੱਚ ਕਿਵੇਂ ਲਿਖਾਂਗੇ? ਹਾਂਜੀ 5 ਵਾਰ 3। 5 ਵਾਰ 3 ਨੂੰ ਅਸੀਂ ਲਿਖਦੇ ਹਾਂ 5 ਗੁਣਾ 3। ਅਤੇ 5 ਗੁਣਾ 3 ਪਿਆਰੇ ਬੱਚੋ ਬਰਾਬਰ ਹੈ 15 ਦੇ। ਇੱਕ ਸਮੂਹ ਪਿਆਰੇ ਬੱਚਿਓ ਅਸੀਂ ਹੋਰ ਬਣਾ ਲੈਂਦੇ ਹਾਂ ਤਾਂ ਹੁਣ ਸਾਡੇ ਕੋਲ ਕਿੰਨੇ ਸਮੂਹ ਹੋ ਗਏ? 6 ਸਮੂਹ। ਪਹਿਲਾਂ ਸਾਡੇ ਕੋਲ ਸਨ 15 ਪੱਥਰ, 3 ਪੱਥਰ ਅਸੀਂ ਹੋਰ ਰੱਖੇ ਤਾਂ ਸਾਡੇ ਕੋਲ ਕਿੰਨੇ ਪੱਥਰ ਹੋ ਗਏ? ਹਾਂਜੀ ਹੁਣ ਸਾਡੇ ਕੋਲ ਹੋ ਗਏ ਹਨ 18 ਪੱਥਰ। ਇਸ ਨੂੰ ਅਸੀਂ ਵਾਰ ਦੇ ਰੂਪ ਵਿੱਚ ਕਿਵੇਂ ਲਿਖਾਂਗੇ? 6 ਵਾਰ 3। ਅਤੇ 6 ਵਾਰ 3 ਬਰਾਬਰ ਹੈ ਪਿਆਰੇ ਬੱਚਿਓ 6 ਗੁਣਾ 3। ਅਤੇ 6 ਗੁਣਾ 3 ਬਰਾਬਰ ਹੈ 18 ਦੇ। ਇੱਕ ਸਮੂਹ ਪਿਆਰੇ ਬੱਚਿਓ ਅਸੀਂ ਹੋਰ ਬਣਾ ਲੈਂਦੇ ਹਾਂ। ਹੁਣ ਸਾਡੇ ਕੋਲ 3 3 ਦੇ 7 ਸਮੂਹ ਬਣ ਗਏ ਹਨ। ਪਹਿਲਾਂ ਸਾਡੇ ਕੋਲ ਸਨ 18 ਪੱਥਰ, 3 ਪੱਥਰ ਅਸੀਂ ਹੋਰ ਰੱਖੇ ਤਾਂ ਸਾਡੇ ਕੋਲ ਕਿੰਨੇ ਪੱਥਰ ਹੋ ਗਏ? ਹਾਂਜੀ ਸਾਡੇ ਕੋਲ ਹੋ ਗਏ ਹਨ 21 ਪੱਥਰ। ਇਸ ਨੂੰ ਵਾਰ ਦੇ ਰੂਪ ਵਿੱਚ ਕਿਵੇਂ ਲਿਖਾਂਗੇ? 7 ਵਾਰ 3। 7 ਵਾਰ 3 ਬਰਾਬਰ ਹੈ 7 ਗੁਣਾ 3। ਅਤੇ 7 ਗੁਣਾ 3 ਬੱਚੋ ਬਰਾਬਰ ਹੈ 21 ਦੇ। ਇੱਕ ਸਮੂਹ ਪਿਆਰੇ ਬੱਚਿਓ ਅਸੀਂ ਹੋਰ ਬਣਾ ਲੈਂਦੇ ਹਾਂ। ਹੁਣ ਸਾਡੇ ਕੋਲ ਕਿੰਨੇ ਸਮੂਹ ਹੋ ਗਏ? ਹਾਂਜੀ 8 ਸਮੂਹ। 21 ਪੱਥਰ ਸਾਡੇ ਕੋਲ ਪਹਿਲਾਂ ਸਨ, 3 ਪੱਥਰ ਅਸੀਂ ਹੋਰ ਰੱਖੇ ਤਾਂ ਸਾਡੇ ਕੋਲ ਕਿੰਨੇ ਪੱਥਰ ਹੋ ਗਏ? ਹਾਂਜੀ ਹੁਣ ਸਾਡੇ ਕੋਲ ਹੋ ਗਏ ਹਨ 24 ਪੱਥਰ। ਆਓ ਇਸ ਨੂੰ ਵਾਰ ਦੇ ਰੂਪ ਵਿੱਚ ਲਿਖ ਲੈਂਦੇ ਹਾਂ। ਸਾਡੇ ਕੋਲ 3 ਕਿੰਨੀ ਵਾਰ ਹੈ? ਹਾਂਜੀ
8 ਵਾਰ ਤੇ ਇਸ ਨੂੰ ਲਿਖਾਂਗੇ 8 ਵਾਰ 3 8 ਵਾਰ 3 ਬਰਾਬਰ ਹੈ 8 ਗੁਣਾ 3 8 ਗੁਣਾ 3 ਬਰਾਬਰ ਹੈ 24 ਦੇ ਇੱਕ ਸਮੂਹ ਪਿਆਰੇ ਬੱਚਿਓ ਅਸੀਂ ਹੋਰ ਬਣਾ ਲਿਆ ਤਾਂ ਸਾਡੇ ਕੋਲ ਕਿੰਨੇ ਸਮੂਹ ਹੋ ਗਏ ਹਾਂਜੀ ਸਾਡੇ ਕੋਲ ਹੋ ਗਏ 9 ਸਮੂਹ ਸਾਡੇ ਕੋਲ ਪਹਿਲਾਂ ਸਨ 24 ਪੱਥਰ 3 ਪੱਥਰ ਅਸੀਂ ਹੋਰ ਰੱਖੇ ਤਾਂ ਸਾਡੇ ਕੋਲ ਕਿੰਨੇ ਪੱਥਰ ਹੋ ਗਏ ਹਾਂਜੀ ਸਾਡੇ ਕੋਲ ਹੋ ਗਏ 27 ਪੱਥਰ ਇਸ ਨੂੰ ਅਸੀਂ ਵਾਰ ਦੇ ਰੂਪ ਵਿੱਚ ਕਿਵੇਂ ਲਿਖਾਂਗੇ 9 ਵਾਰ 3 ਕਿਉਂਕਿ ਸਾਡੇ ਕੋਲ 9 ਸਮੂਹ ਹਨ ਅਤੇ ਹਰ ਸਮੂਹ ਵਿੱਚ 3 ਪੱਥਰ ਹਨ 9 ਵਾਰ 3 ਨੂੰ ਲਿਖਦੇ ਹਾਂ 9 ਗੁਣਾ 3 ਅਤੇ 9 ਗੁਣਾ 3 ਪਿਆਰੇ ਬੱਚਿਓ ਬਰਾਬਰ ਹੈ 27 ਦੇ ਇੱਕ ਸਮੂਹ ਪਿਆਰੇ ਬੱਚਿਓ ਅਸੀਂ ਹੋਰ ਬਣਾ ਲਿਆ ਤਾਂ ਸਾਡੇ ਕੋਲ ਕਿੰਨੇ ਸਮੂਹ ਹੋ ਗਏ ਹਾਂਜੀ 10 ਸਮੂਹ ਪਹਿਲਾਂ ਸਾਡੇ ਕੋਲ ਸਨ 27 ਪੱਥਰ 3 ਪੱਥਰ ਅਸੀਂ ਹੋਰ ਰੱਖੇ ਤਾਂ ਸਾਡੇ ਕੋਲ ਕਿੰਨੇ ਪੱਥਰ ਹੋ ਗਏ ਹਾਂਜੀ ਸਾਡੇ ਕੋਲ ਹੋ ਗਏ 30 ਪੱਥਰ ਇਸ ਨੂੰ ਅਸੀਂ ਵਾਰ ਦੇ ਰੂਪ ਵਿੱਚ ਕਿਵੇਂ ਲਿਖਾਂਗੇ ਹਾਂਜੀ 10 ਵਾਰ 3 10 ਵਾਰ 3 ਨੂੰ ਅਸੀਂ ਲਿਖਦੇ ਹਾਂ 10 ਗੁਣਾ 3 ਅਤੇ 10 ਗੁਣਾ 3 ਪਿਆਰੇ ਬੱਚਿਓ ਬਰਾਬਰ ਹੈ 30 ਦੇ ਬੱਚਿਓ ਹੁਣ ਅਸੀਂ 3-3 ਦੇ ਸਮੂਹਾਂ ਦੀ ਦੁਹਰਾਈ ਕਰ ਲੈਂਦੇ ਹਾਂ ਸਾਡੇ ਕੋਲ ਇੱਕ ਸਮੂਹ ਦੇ ਵਿੱਚ 3 ਪੱਥਰ ਹਨ ਤਾਂ ਇਸ ਨੂੰ ਅਸੀਂ ਲਿਖਦੇ ਹਾਂ 1 ਵਾਰ 3 1 ਵਾਰ 3 ਬਰਾਬਰ ਹੈ 1 ਗੁਣਾ 3 ਅਤੇ 1 ਗੁਣਾ 3 ਬਰਾਬਰ ਹੈ 3 ਦੇ ਇਸੇ ਤਰ੍ਹਾਂ ਦੋ ਸਮੂਹਾਂ ਦੇ ਵਿੱਚ 3 ਪੱਥਰ 2 ਵਾਰ 3 2 ਗੁਣਾ 3 2 ਗੁਣਾ 3 ਬਰਾਬਰ ਹੈ 6 ਦੇ ਅਤੇ 3 ਸਮੂਹਾਂ ਦੇ ਵਿੱਚ 3-3 ਪੱਥਰ 3 ਵਾਰ 3 3 ਗੁਣਾ 3 ਬਰਾਬਰ 9 4 ਸਮੂਹ ਅਤੇ ਹਰ ਸਮੂਹ ਦੇ ਵਿੱਚ 3 ਪੱਥਰ 4 ਵਾਰ 3 4 ਗੁਣਾ 3 4 ਗੁਣਾ 3 ਬਰਾਬਰ ਹੈ 12 ਦੇ ਇਸੇ ਤਰ੍ਹਾਂ ਪਿਆਰੇ ਬੱਚਿਓ ਸਾਡੇ ਕੋਲ 5 ਸਮੂਹ ਹਨ ਮਤਲਬ 5 ਵਾਰ 3 ਇਸ ਨੂੰ ਲਿਖਦੇ ਹਾਂ 5 ਗੁਣਾ 3 5 ਗੁਣਾ 3 ਬਰਾਬਰ ਹੈ 15 ਦੇ 6 ਸਮੂਹ ਹਰ ਸਮੂਹ ਦੇ ਵਿੱਚ 3 ਪੱਥਰ 6 ਵਾਰ 3 ਇਸ ਨੂੰ ਲਿਖਦੇ ਹਾਂ 6 ਗੁਣਾ 3 6 ਗੁਣਾ 3 ਬਰਾਬਰ ਹੈ 18 ਦੇ 7 ਸਮੂਹ ਅਤੇ ਹਰ ਸਮੂਹ ਦੇ ਵਿੱਚ 3 ਪੱਥਰ 7 ਵਾਰ 3 7 ਗੁਣਾ 3 7 ਗੁਣਾ 3 ਬਰਾਬਰ ਹੈ 21 ਦੇ 8 ਵਾਰ 3 ਮਤਲਬ 8 ਸਮੂਹ ਅਤੇ ਹਰ ਸਮੂਹ ਦੇ ਵਿੱਚ 3 ਪੱਥਰ 8 ਗੁਣਾ 3 8 ਗੁਣਾ 3 ਬਰਾਬਰ ਹੈ 24 ਦੇ ਇਸੇ ਤਰ੍ਹਾਂ ਪਿਆਰੇ ਬੱਚਿਓ ਸਾਡੇ ਕੋਲ 9 ਸਮੂਹ ਹਨ ਅਤੇ ਹਰ ਸਮੂਹ ਦੇ ਵਿੱਚ 3 ਪੱਥਰ ਹਨ ਤਾਂ ਇਸ ਨੂੰ ਅਸੀਂ ਵਾਰ ਦੇ ਰੂਪ ਵਿੱਚ ਲਿਖਦੇ ਹਾਂ 9 ਵਾਰ 3 9 ਵਾਰ 3 ਨੂੰ ਲਿਖਦੇ ਹਾਂ 9 ਗੁਣਾ 3 9 ਗੁਣਾ 3 ਬਰਾਬਰ ਹੈ 27 ਦੇ ਤਾਂ ਬੱਚਿਓ ਇਸੇ ਤਰ੍ਹਾਂ 10 ਸਮੂਹਾਂ ਦੇ ਵਿੱਚ 3-3 ਪੱਥਰ 10 ਵਾਰ 3 ਇਸ ਨੂੰ ਲਿਖਾਂਗੇ 10 ਗੁਣਾ 3 10 ਗੁਣਾ 3 ਬਰਾਬਰ ਹੈ 30 ਦੇ ਬੱਚਿਓ ਹੁਣ ਤੁਸੀਂ ਆਪਣੇ ਘਰ ਦਾ ਕੰਮ ਨੋਟ ਕਰ ਲਓ ਤੁਸੀਂ ਆਪਣੇ ਗਣਿਤ ਦਾ ਪੰਨਾ ਨੰਬਰ 84 ਖੋਲ੍ਹੋ ਇਸ ਵਿੱਚ ਉਂਗਲਾਂ ਦੇ ਨਾਲ ਪਿਆਰੇ ਬੱਚਿਓ 3-3 ਦੇ ਸਮੂਹ ਬਣਾਏ ਹੋਏ ਹਨ ਤੁਸੀਂ ਇਹਨਾਂ ਸਮੂਹਾਂ ਨੂੰ ਪਹਿਲਾਂ ਵਾਰ ਦੇ ਰੂਪ ਵਿੱਚ ਲਿਖਣਾ ਹੈ ਅਤੇ ਫਿਰ ਗੁਣਾ ਦੇ ਰੂਪ ਵਿੱਚ ਲਿਖਣਾ ਹੈ